ਸਤਿ ਸ਼੍ਰੀ ਅਕਾਲ, ਨਮਸਕਾਰ, ਕੀ ਹਾਲ ਚਾਲ, ਕਿਵੇਂ ਹੋ? ਕਈਆਂ ਨੇ ਤਾਂ ਲੰਚ ਕਰ ਵੀ ਲਿਆ ਹੋਣਾ, ਪਰ ਮੈਂ ਤਾਂ ਲੰਚ ਵਾਸਤੇ ਕੋਈ ਫੈਂਸੀ ਫੂਡ ਬਣਾਉਣਾ ਸੀ, ਕਿਸੇ ਨੇ ਆਉਣਾ ਸੀ ਅਤੇ ਮੈਂ ਲਿਆਈ ਇਹ ਵਾਲੀਆਂ ਮਿਰਚਾਂ ਲਿਆਈਆਂ ਅਤੇ ਇਹਨਾਂ ਨੂੰ ਤੁਹਾਨੂੰ ਬਣਾ ਕੇ ਦਿਖਾਵਾਂਗੀ। ਬਹੁਤ ਹੀ ਸੋਹਣੀਆਂ, ਬਹੁਤ ਹੀ ਸਵਾਦ ਅਤੇ ਬਹੁਤ ਹੀ ਸਿੰਪਲ ਅਤੇ ਆਸਾਨ ਤਰੀਕੇ ਨਾਲ ਇਹਨਾਂ ਨੂੰ ਆਪਾਂ ਪਹਿਲਾਂ ਇੱਦਾਂ ਗੋਲ ਗੋਲ, ਇਹ ਜਿਵੇਂ ਆਵੇ ਨਾ ਗੋਲ, ਇੱਦਾਂ, ਠੀਕ ਹੈ ਜੀ, ਇੱਦਾਂ ਕੱਟ ਲੈਣਾ ਸਾਰੀਆਂ ਨੂੰ ਜਿੰਨੀਆਂ ਤੁਸੀਂ ਤੁਹਾਨੂੰ ਚਾਹੀਦੀਆਂ ਨੇ। ਮੈਂ ਨਾ ਆਹ ਜਿਹੜੇ ਚੀਜ਼ਾਂ ਨੇ ਨਾ ਇਹ ਸਾਰੀਆਂ ਬਚਾ ਕੇ ਰੱਖ ਲਵਾਂਗੀ। ਤੁਸੀਂ ਪੁੱਛੋ ਕਿਉਂ ਰੱਖੇਂਗੀ, ਇਹਨਾਂ ਨੂੰ ਨੂਡਲ 'ਚ ਪਾ ਲਵਾਂਗੀ, ਇਹਨਾਂ ਨੂੰ ਪਾਸਤੇ 'ਚ ਪਾ ਲਵਾਂਗੀ, ਕੁਛ ਵੀ ਕਰਾਂਗੀ, ਕੁਛ ਵੀ ਕਰਾਂਗੀ। ਅਤੇ ਚਲੋ ਇਹ ਸਭ ਕੱਟ ਕੇ ਰੱਖ ਕੇ ਅਤੇ ਤੁਹਾਨੂੰ ਫਿਰ ਅਸੀਂ ਦਿਖਾਉਂਦੇ ਹਾਂ ਵੀ ਕਿਵੇਂ ਬਣਨੀ ਹੈ ਇਹਨਾਂ ਦੀ ਸਬਜ਼ੀ। ਲਓ ਜੀ, ਇਹ ਮੈਂ ਕੱਟ ਲਈਆਂ ਮਿਰਚਾਂ ਗੋਲ ਗੋਲ, ਸੋਹਣੀਆਂ ਸੋਹਣੀਆਂ, ਅਤੇ ਇਹਨਾਂ ਦੀ ਹੁਣ ਕਰਾਂਗੀ ਫਿਲਿੰਗ। ਪੁੱਛੋ ਕਾਹਦੇ ਨਾਲ ਕਰਾਂਗੀ? ਨਹੀਂ ਨਹੀਂ, ਮੈਂ ਦੱਸਣਾ ਦੱਸਣਾ ਕਿਉਂ ਨਹੀਂ ਬਈ, ਮੈਂ ਇਹਦੀ ਫਿਲਿੰਗ ਕਰਨੀ ਹੈ ਪਨੀਰ ਅਤੇ ਹੋਰ ਮਿਕਸ ਚੀਜ਼ਾਂ ਦਿਖਾਉਂਦੀ ਹਾਂ ਤੁਹਾਨੂੰ ਗੈਸ ਦੇ ਕੋਲ ਜਾ ਕੇ। ਇਹ ਹੈਗਾ ਸਾਡਾ ਪਨੀਰ। ਦੇਖੋ ਸ਼ਿਮਲਾ ਮਿਰਚ ਅਤੇ ਪਨੀਰ ਦਾ ਜਿਹੜਾ ਹੈ ਨਾ ਆਪਸ ਦੇ ਵਿੱਚ ਮੇਲ ਬੜਾ, ਇਹਨੂੰ ਅਸੀਂ ਇੱਦਾਂ ਕਰਕੇ ਨਾ ਭੋਰ ਲੈਣਾ, ਹੈ ਨਾ, ਭੋਰਨਾ ਕਹਿੰਦੇ ਆ ਨਾ ਇਹਨੂੰ ਪੰਜਾਬੀ 'ਚ, ਇੱਦਾਂ ਹੀ ਕਹਿੰਦੇ ਆ ਸ਼ਾਇਦ ਭੋਰਨਾ। ਅਤੇ ਇਹ ਅਸੀਂ ਇੱਦਾਂ ਹੱਥਾਂ ਦੇ ਨਾਲ ਭੋਰ ਲੈਣਾ। ਉਹ ਅੱਜ ਕੱਲ੍ਹ ਬੜਾ ਕੁਝ ਆ ਗਿਆ ਨਾ, ਮੈਸ਼ ਕਰ ਲਓ, ਇਹ ਕਰ ਲਓ, ਉਹ ਕਰ ਲਓ। ਫਿਰ ਵਿੱਚ ਅਸੀਂ ਥੋੜ੍ਹੀ ਜਿਹੀ ਪਾ ਲੈਣੀ ਹੈ ਅਦਰਕ, ਜੇ ਕੋਈ ਨਾ ਖਾਂਦਾ ਹੋਵੇ ਅਦਰਕ ਬਿਲਕੁਲ ਨਾ ਪਾਇਓ, ਸਕਿੱਪ ਕਰ ਦਿਓ ਜੇ। ਫਿਰ ਅਸੀਂ ਧਨੀਆ ਪਾ ਦਿੱਤਾ, ਫਿਰ ਪਾ ਦੇਣਾ ਹੈ ਅਸੀਂ ਪਿਆਜ਼, ਠੀਕ ਹੈ, ਪਿਆਜ਼ ਵੀ ਪਾ ਲਿਆ। ਹੁਣ ਨਾ ਆਪਾਂ ਪਾ ਲੈਂਦੇ ਹਾਂ ਇਹਨੂੰ, ਉਹ ਵੀ ਤਾਂ ਕਰਨਾ ਨਾ ਸਟਿੱਕ, ਨਹੀਂ ਨਹੀਂ ਬਾਇੰਡਿੰਗ ਕਰਨੀ ਹੈ ਇਹਦੀ, ਅਤੇ ਉਹਦੇ ਵਾਸਤੇ ਆਪਾਂ ਇਹਦੇ ਵਿੱਚ ਦੋ ਜਿਹੜੇ ਆਲੂ ਹੈ ਉਹ ਵੀ ਮੈਸ਼ ਕਰ ਲੈਣੇ, ਠੀਕ ਹੈ। ਲਓ ਇਹਨੂੰ ਅਸੀਂ ਹੁਣ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਮੈਸ਼, ਅਤੇ ਫਿਰ ਨਮਕ ਮਿਰਚ ਪਾਵਾਂਗੇ। ਇਹ ਅਸੀਂ ਇਹਦੀ ਮਿਕਸਿੰਗ ਕਰ ਲਈਏ, ਅਤੇ ਹੁਣ ਇਹਦੇ 'ਚ ਆਪਾਂ ਨਾ ਨਮਕ ਮਿਰਚ ਜਿਹੜਾ ਉਹ ਰਲਾ ਲਵਾਂਗੇ। ਨਮਕ ਤੁਹਾਡੇ ਸਵਾਦ ਅਨੁਸਾਰ, ਇਹਦੇ ਵਿੱਚ ਕੋਈ ਲਿਹਾਜ਼ ਨਹੀਂ, ਆਕੜ ਔਕਾਤ ਅਨੁਸਾਰ, ਨਮਕ ਸਵਾਦ ਅਨੁਸਾਰ। ਇਹ ਬੜੀ ਅੱਛੀ ਕਹਾਵਤ ਲੱਗਦੀ ਹੈ ਮੈਨੂੰ। ਜ਼ਰਾ ਕੁ ਮੈਂ ਪਾਇਆ ਜੀਰਾ ਪਾਊਡਰ, ਥੋੜ੍ਹਾ ਜਿਹਾ ਪਾਇਆ ਗਰਮ ਮਸਾਲਾ, ਫਿਰ ਪਾਇਆ ਧਨੀਆ ਪਾਊਡਰ, ਹਲਦੀ ਨਹੀਂ ਪਾਉਣੀ ਇਹਦੇ 'ਚ। ਲਓ ਜੀ ਅਮਚੂਰ ਪਾਊਡਰ, ਅਤੇ ਇਹ ਸਾਰਾ ਜਿਹੜਾ ਅਸੀਂ ਹੁਣ ਇਹਨੂੰ ਅੱਛੀ ਤਰ੍ਹਾਂ ਦੇ ਨਾਲ ਮਿਕਸਿੰਗ ਕਰ ਲੈਣੀ ਹੈ, ਫਿਰ ਮਿਕਸਿੰਗ ਦੁਬਾਰਾ, ਠੀਕ ਹੈ, ਅੱਛੇ ਵਾਲੇ। ਮੈਂ ਇਹਦੇ ਵਿੱਚ ਨਾ ਹਰੀਆਂ ਮਿਰਚਾਂ ਵੀ ਜਿਹੜੀਆਂ ਨੇ ਉਹ ਮਿਕਸ ਕਰ ਦਿੱਤੀਆਂ ਨੇ ਚੰਗੀ ਤਰ੍ਹਾਂ, ਕਿਉਂਕਿ ਮੈਂ ਲਾਲ ਨਹੀਂ ਯੂਜ਼ ਕਰ ਰਹੀ। ਲਾਲ ਮਿਰਚ ਪਾਉਣੀ ਹੈ ਪਾ ਸਕਦੇ ਹੋ, ਮਿਰਚ ਤੁਹਾਨੂੰ ਜਿਹੜੀ ਚੰਗੀ ਲੱਗੇ ਉਹ ਪਾਓ, ਆਪਣੇ ਘਰ ਮੁਤਾਬਕ, ਆਪਣੇ ਸਵਾਦ ਮੁਤਾਬਕ ਤੁਸੀਂ ਪਾ ਸਕਦੇ ਹੋ। ਇਹ ਸਾਡਾ ਮਿਕਸਚਰ ਹੋ ਗਿਆ ਤਿਆਰ, ਅਤੇ ਇਹ ਮੇਰਾ ਨਾ ਮੈਦਾ ਘੁੱਲਿਆ ਥੋੜ੍ਹਾ ਜਿਹਾ, ਇਹਨੂੰ ਮੈਂ ਇਹ ਵੱਡੇ ਵਾਲੀ ਪਲੇਟ ਦੇ ਵਿੱਚ ਪਾ ਲਿਆ। ਅਤੇ ਹੁਣ ਇਹ ਜਿਹੜੀਆਂ ਮਿਰਚਾਂ ਨੇ ਨਾ ਇਹਨਾਂ ਨੂੰ ਇੱਦਾਂ ਕਰਕੇ ਅਸੀਂ ਭਰੀ ਜਾਣਾ, ਠੀਕ ਹੈ। ਆਏ ਹਾਏ, ਪਨੀਰ, ਫਿਰ ਧਨੀਆ ਵਿੱਚ ਸਭ ਕੁਝ ਪਾ ਕੇ, ਅਤੇ ਆਲੂ ਅਸੀਂ ਸਿਰਫ ਦੋ ਪਾਏ ਤਾਂ ਕਿ ਬਾਇੰਡਿੰਗ ਜਿਹੜੀ ਹੈ ਉਹ ਵਧੀਆ ਹੋ ਜਾਏ। ਉਸ ਤੋਂ ਬਾਅਦ ਵੀ ਅਸੀਂ ਇਹਨੂੰ ਜਿਹੜਾ ਹੈ ਨਾ ਇਹ ਲਗਾ ਦੇਣਾ ਥੋੜ੍ਹਾ ਜਿਹਾ ਇਹਦੇ ਵਿੱਚ, ਇਹ ਮੈਦਾ ਜਿਹੜਾ ਘੋਲਿਆ ਹੋਇਆ ਵੇ ਉਹ ਅਸੀਂ ਇਹਦੇ ਵਿੱਚ ਲਾ ਦੇਣਾ। ਇਹ ਮੈਂ ਤਵਾ ਲਿਆ ਨੋਨ ਸਟਿੱਕ, ਠੀਕ ਹੈ ਜੀ, ਇਹਨੂੰ ਮੈਂ ਓਇਲਿੰਗ ਕੀਤੀ ਇੱਦਾਂ। ਇਹਦੇ ਵਿੱਚ ਸਭ ਤੋਂ ਵੱਡੀ ਬਿਊਟੀ ਪਤਾ ਕੀ ਜੇ, ਮਿਰਚਾਂ ਵੀ ਬਣਨਗੀਆਂ ਇੰਨੀਆਂ ਟੇਸਟੀ, ਅਤੇ ਓਇਲ ਘੀ ਵੀ ਲੱਗੇਗਾ ਮਿਨੀਮਮ, ਬਿਲਕੁਲ ਮਿਨੀਮਮ। ਅਤੇ ਇੱਦਾਂ ਅਸੀਂ ਸਾਰੀਆਂ ਮਿਰਚਾਂ ਜਿਹੜੀਆਂ ਨੇ ਭਰ ਕੇ ਜਿਹੜੀਆਂ, ਇਹ ਦੇਖੋ ਇਹ ਕੀਤੀ, ਇਹ ਇੱਥੇ ਰੱਖ ਦਿੱਤੀ। ਫਿਰ ਅਸੀਂ ਲਾਲ ਦੀ ਹਰੀ ਨੂੰ ਮੈਂ ਕੀਤਾ
ਇੱਥੇ ਰੱਖਦਾ, ਹਰੀ ਵਿੱਚ ਰੱਖਾਂ, ਛੋਟੀ ਹੈ ਨਾ, ਐਵੇਂ ਸਜਾਉਣ ਦੀ ਆਦਤ ਪਈ ਹੈ ਮੈਨੂੰ। ਲਓ ਜੀ ਇਹ ਫਿਰ ਆ ਗਈ ਲਾਲ, ਠੀਕ ਹੈ, ਫਿਰ ਆ ਗਈ ਪੀਲੀ, ਇਹ ਆ ਗਈ ਪੀਲੀ। ਇਹ ਪੀਲੀ ਦੁਬਾਰਾ ਆ ਗਈ, ਕਿਉਂ ਆ ਗਈ ਬਈ ਦੁਬਾਰਾ ਪੀਲੀ? ਲਓ ਜੀ ਇਹ ਅਸੀਂ ਇੱਥੇ ਰੱਖ ਦਿੱਤੀ। ਹਰੀ ਜਿਹੜੀ ਹੈ ਉਹਨੂੰ ਭਰਿਆ ਅਤੇ ਫਿਰ ਅਸੀਂ ਇਹਦੇ ਵਿੱਚ ਕੀ ਬਣ ਗਿਆ ਨਾ, ਰੰਗ ਬਿਰੰਗੀਆਂ ਇੰਨੀਆਂ ਸਵਾਦ ਬਣਨਗੀਆਂ ਕਿ ਰੱਬ ਦਾ ਜਿਹੜਾ ਰਾਖਾ ਉਹ ਹੀ ਬਣੇਗਾ। ਆ ਦੇਖੋ ਹੁਣ ਅਸੀਂ ਕਰੀ ਲਾਲ, ਠੀਕ ਹੈ, ਫੁੱਲ ਭਰ ਲਓ। ਇਹ ਤਾਂ ਤੁਸੀਂ ਕਦੀ ਸ਼ਾਮ ਦੇ ਸਨੈਕਸ ਵਿੱਚ ਵੀ ਖਾਓਗੇ ਨਾ ਅਤੇ ਇੰਜੋਏ ਕਰੋਗੇ ਇੰਨਾ ਵੀ ਹਾਂ ਆਂਟੀ ਨੇ ਕੁਛ ਦੱਸਿਆ ਸੀ। ਇਹ ਦੇਖੋ ਇਹ ਆ ਗਈ ਹੁਣ, ਹੁਣ ਅਸੀਂ ਲੈਣ ਦੀ ਹਰੀ, ਔਰ ਹੁਣ ਲਾਲ ਨੂੰ ਜਗ੍ਹਾ ਨਹੀਂ ਮਿਲ ਰਹੀ, ਵਿਚਾਰੀ ਕੀ ਕਰੇ, ਲਾਲ ਵਿਚਾਰੀ ਕੀ ਕਰੇ ਅਤੇ ਠੰਡਾ ਪਾਣੀ ਪੀ ਮਰੇ। ਲਓ ਜੀ ਜੋ ਲਾਲ ਇੱਥੇ ਰੱਖੀਏ ਆਪਾਂ, ਲਓ ਇਹਨੇ ਆਪੇ ਹੀ ਆਪਣੀ ਜਗ੍ਹਾ ਜਿਹੜੀ ਹੈ ਬਣਾ ਲੈਣੀ ਹੈ। ਬਣ ਗਈ ਨਾ, ਦੇਖੋ ਜਗ੍ਹਾ ਵੀ ਬਣ ਗਈ, ਆਪਣੇ ਆਪ ਬਣ ਗਈ। ਵੈਸੇ ਜੇ ਆਪਾਂ ਨੂੰ ਇਹ ਹਰੀ ਜਿਹੜੀ ਹੈ ਨਾ ਇਹ ਵੀ ਵਧੀਆ ਮਿਲ ਗਈ ਨਾ ਬੁੱਢੀ ਵਾਲੀ ਤਾਂ ਬੜਾ ਮਜ਼ਾ ਆਉਣਾ ਸੀ, ਲੇਕਿਨ ਇਹਦੇ ਵਿੱਚ ਵੀ ਆ ਰਿਹਾ ਦੇਖੋ। ਇਹ ਜੀ ਅਸੀਂ ਹੁਣ ਇੱਕ ਵਾਰੀ ਇਹਦੀ ਓਇਲਿੰਗ ਜਿਹੜੀ ਹੈ ਉਹ ਉੱਪਰਲੇ ਪਾਸੇ ਵੀ ਕਰ ਦੇਣੀ ਹੈ ਤਾਂ ਕਿ ਜਿਹੜਾ ਹੈ ਨਾ ਜਦੋਂ ਅਸੀਂ ਪਰਤਾਈਏ ਇਹਨਾਂ ਨੂੰ ਤਾਂ ਇਹ ਬਹੁਤ ਖੂਬਸੂਰਤੀ ਨਾਲ ਰੜ ਜਾਣ। ਜਰਾ ਜਰਾ ਬ੍ਰਸ਼ਿੰਗ ਕਰੋ, ਫਰਾਈ ਥੋੜ੍ਹੀ ਕਰਨੀ ਹੈ, ਈਵਨ ਇਹ ਤਾਂ ਸ਼ੈਲੋ ਵੀ ਨਹੀਂ ਕਰਨੀ ਆ, ਇਹ ਤਾਂ ਜਸਟ ਆਪਾਂ ਜਿਹੜੀ ਹੈ ਥੋੜ੍ਹੀ ਥੋੜ੍ਹੀ ਇਹ ਲਗਾ ਕੇ ਕਰੀ ਜਾਵਾਂਗੇ। ਇੱਕ ਵਾਰੀ ਚੈੱਕ ਕਰ ਲੈਂਦੇ ਹਾਂ ਵੀ ਹੋ ਰਹੀਆਂ ਨੇ ਕਿ ਨਹੀਂ। ਲੈ ਹੋਣ ਡਈਆਂ ਜੇ ਕਿ ਗੱਲ ਬਿਗੜਦੇ ਹੋ ਕੇ। ਲਓ ਇਹ ਸਾਰੀਆਂ ਹੌਲੀ ਹੌਲੀ ਨਾਲ, ਵੈਸੇ ਮੈਂ ਤੁਹਾਨੂੰ ਦੱਸਾਂ ਇਹਨੂੰ ਥੋੜ੍ਹੇ ਜਿਹੇ ਮੈਂ ਮੀਡੀਅਮ 'ਤੇ ਪਕਾਵਾਂਗੀ ਤਾਂ ਕਿ ਅੰਦਰੋਂ ਬਾਹਰੋਂ ਅੱਛੀ ਤਰ੍ਹਾਂ ਨਾਲ ਮਿਰਚਾਂ ਵੀ ਪੱਕ ਜਾਣ ਅਤੇ ਦੇਖਣ ਨੂੰ ਵੀ ਮਜ਼ਾ ਆਵੇ ਅਤੇ ਖਾਣ ਨੂੰ ਵੀ ਆਵੇ। ਇਹ ਹੌਲੀ ਹੌਲੀ ਰੜ ਰਹੀਆਂ ਨੇ, ਅਸੀਂ 5 ਮਿੰਟ ਇਹਨਾਂ ਨੂੰ ਰੜਾਂਗੇ। ਇਹ ਪੱਕਣੀਆਂ ਸ਼ੁਰੂ ਹੋ ਗਈਆਂ ਨੇ, ਆਪਾਂ ਇਹਨਾਂ ਦਾ ਹੁਣ ਪਰਤਾ ਦਿਆਂਗੇ ਇਹਨਾਂ ਨੂੰ। ਲਾਲ ਬੜਾ ਅੱਛਾ ਕਲਰ ਇਹਨਾਂ ਦਾ ਆ ਗਿਆ, ਰੜ ਗਈਆਂ ਨੇ ਪੂਰੀਆਂ ਵਧੀਆ ਵਾਲੀਆਂ, ਔਰ ਅਸੀਂ ਇਹਨਾਂ ਨੂੰ ਆਹਿਸਤਾ 'ਤੇ ਰੜਿਆ ਤਾਂ ਕਿ ਇਹ ਇਹਨਾਂ ਦੇ ਵਿੱਚੋਂ ਲਾਲ ਹੋਣੀਆਂ ਚਾਹੀਦੀਆਂ ਪਰ ਜਲਣੀਆਂ ਨਹੀਂ ਚਾਹੀਦੀਆਂ। ਔਰ ਦੇਖੋ ਇਹਨਾਂ ਸਭ ਦਾ ਬਹੁਤ ਬਿਊਟੀਫੁੱਲ ਵਾਲਾ ਜਿਹੜਾ ਕਲਰ ਹੈ ਰੜਿਆ ਹੋਇਆ, ਜਿਵੇਂ ਜਿਹੜੀ ਟਿੱਕੀ ਹੁੰਦੀ ਹੈ ਉੱਦਾਂ ਦਾ ਕਲਰ ਆ ਰਿਹਾ। ਔਰ ਇਹ ਬਹੁਤ ਇਹ ਜਿਹੜੀਆਂ ਆਪਾਂ ਪਿੱਛੋਂ ਰੱਖੀਆਂ ਸੀ ਇਹਨਾਂ ਨੂੰ ਮੱਤ ਪਿੱਛੋਂ ਆਏਗੀ, ਆ ਗਈ ਇਹਨਾਂ ਨੂੰ ਵੀ ਆ ਗਈ। ਲਓ ਜੀ ਇਹ ਸਾਰੀਆਂ ਜਿਹੜੀਆਂ ਨੇ ਇਹ ਰੜ ਰਹੀਆਂ ਨੇ ਅਤੇ ਆਪਾਂ ਵਾਸਤੇ ਹੋ ਰਹੀਆਂ ਨੇ ਵਧੀਆ ਤਿਆਰ। ਲਓ ਜੀ ਇਹ ਤੁਹਾਡੀਆਂ ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ, ਅਸੀਂ ਤਾਂ ਇੱਥੇ ਇਹਨਾਂ ਨੂੰ ਵਿਚਾਰੀਆਂ ਨੂੰ ਪੇਪਰਸ ਨੂੰ ਅਸੀਂ ਸ਼ਿਮਲਾ ਮਿਰਚ ਕਹਿਣ ਲੱਗ ਗਏ ਪੰਜਾਬੀ। ਇਹ ਅਸੀਂ ਪਾਇਆ ਇਹਦੇ ਵਿੱਚ ਪਨੀਰ ਅਤੇ ਬਾਕੀ ਸਾਰਾ ਮਟੀਰੀਅਲ ਅਤੇ ਪਾ ਕੇ ਤਿਆਰ ਕਰ ਦਿੱਤਾ। ਹੁਣ ਦੋ ਤਰੀਕੇ ਨੇ, ਦੇਖੋ ਦੋ ਤਰੀਕੇ ਇਹ ਨੇ, ਜਾਂ ਤਾਂ ਇਵੇਂ ਹੀ ਡਾਇਨਿੰਗ ਦੇ ਉੱਤੇ ਤੁਸੀਂ ਇਹ ਤਵਾ ਲੈ ਜਾਓ ਅਤੇ ਥੱਲੇ ਇਹਦੇ ਕੋਈ ਵੀ ਜਿਹੜਾ ਉਹ ਰੱਖ ਲਓ ਸਟੈਂਡ, ਲਾਈਕ ਕੋਈ ਵੀ ਸਟੈਂਡ ਜਿਹੜਾ। ਲਓ ਆਹ ਵੇਖੋ ਅਸੀਂ ਇਵੇਂ ਹੀ ਜਿਹੜਾ ਉੱਧਰ ਆ ਇਹ ਸਟੈਂਡ ਦੇ ਉੱਤੇ ਇੱਦਾਂ ਰੱਖ ਦਿੱਤੀ ਆ ਅਤੇ ਇਹਨੂੰ ਅਸੀਂ ਇਵੇਂ ਡਾਇਨਿੰਗ ਟੇਬਲ 'ਤੇ ਜਿਹੜਾ ਯੂਜ਼ ਕਰ ਸਕਦੇ ਹਾਂ। ਜੇ ਇਹਨੂੰ ਕੱਢਣਾ ਚਾਹੁੰਦੇ ਹੋ ਤਾਂ ਫਿਰ ਬੜੀ ਸੋਹਣੀ ਜੀ ਕੋਈ ਟਰੇ ਲੈ ਲਓ, ਪਲੇਟ ਲੈ ਲਓ, ਲੇਕਿਨ ਇਸਦਾ ਡਿਸਪਲੇ ਜਿਹੜਾ ਉਹ ਇੱਦਾਂ ਹੀ ਹੋਣਾ ਚਾਹੀਦਾ। ਮਿਰਚਾਂ ਜਿਹੜੀਆਂ ਨੇ ਇਹ ਦਿਸਣੀਆਂ ਇੱਦਾਂ ਹੀ ਚਾਹੀਦੀਆਂ ਨੇ ਅਤੇ ਤੁਹਾਨੂੰ ਜਦੋਂ ਡਾਇਨਿੰਗ ਟੇਬਲ 'ਤੇ ਜਾਏਗੀ ਨਾ ਤਾਂ ਕੀ ਤੁਹਾਨੂੰ ਐਪਰੀਸੀਏਸ਼ਨ ਮਿਲਣ ਵਾਲੀ ਹੈ ਔਰ ਕੀ ਤੁਹਾਡੇ ਫੂਡ ਦੀ ਜਿਹੜੀ ਵੈਲਿਊ ਬਣਨ ਵਾਲੀ ਹੈ। ਇਹ ਫੈਂਸੀ ਫੂਡ ਦੀ ਆਈਟਮ ਹੈ ਅਤੇ ਖਾਓ ਅਤੇ ਮੌਜਾਂ ਕਰੋ। ਅਸੀਂ ਵੀ ਅੱਜ
करांगे लंच पर लेट। डाइनिंग टेबल दिए शिंगार ले जा रही ने ए मर्चा ते असी करांगे लंच, फिर भावें बच गई तो डिनर च भी खावांगे मजे नाल।